ਦੀਵਾਲੀ ਦੀਆਂ ਕੈਂਟ ਵਾਸੀ ਅਤੇ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਦੀਵਾਲੀ ਜਿਹੜੀ ਆ ਗ੍ਰੀਨ ਦੀਵਾਲੀ ਮਨਾਈ ਜਾਵੇ ਕਿ ਪ੍ਰਦੂਸ਼ਣ ਪਟਾਕੇ ਘੱਟ ਤੋਂ ਘੱਟ ਚਲਾ ਜਾਣ ਅਤੇ ਪਟਾਕੇ ਜਿਹੜੇ ਆ ਉਹ ਜਿਹੜੇ ਛੋਟੇ ਤੋਂ ਛੋਟਾ ਪਟਾਕਾ ਜਿਹੜਾ ਉਹ ਜਿੱਦਾਂ ਸਗਨ ਵਜੋਂ ਚਲਾਇਆ ਜਾਵੇ, ਜਿਹੜਾ ਵੱਡੇ ਪਟਾਕੇ ਨਾ ਚਲਾਏ ਜਾਣ ਜਿੰਨਾ ਪ੍ਰਦੂਸ਼ਣ ਫੈਲੇ। ਸਾਰੇ ਹੀ ਕੈਂਟ ਵਾਸੀਆਂ ਨੂੰ ਜਾਂ ਦੁਕਾਨਦਾਰਾਂ ਨੂੰ ਇਹੀ ਹਦਾਇਤ ਕੀਤੀ ਜਾਂਦੀ ਹੈ ਕੋਈ ਵੀ ਪਟਾਕੇ ਜਿਹੜੇ ਆ ਉਹ ਨਹੀਂ ਵੇਚੂਗਾ। ਜਿਹੜੇ ਪਟਾਕੇ ਵੱਡਣ ਪਾਰਕ ਦੇ ਏਰੀਏ ਦੇ ਵਿੱਚ ਲੱਗੇ ਆ ਉੱਥੇ ਹੀ ਵੇਚਣਗੇ। ਜੇ ਸਰ ਕੋਈ ਪਟਾਕੇ ਵੇਚਦਾ ਕੋਈ ਫੜਿਆ ਜਾਂਦਾ ਕੀ ਕਾਰਵਾਈ ਕਰਦੇ ਹਾਂ ਸਰ? ਜੋ ਕਾਨੂੰਨ ਮੁਤਾਬਕ ਉਹਦੇ ਖਿਲਾਫ਼ ਕਾਰਵਾਈ ਬਣਦੀ ਉਹ ਕਰਾਂਗੇ। ज्यादा अपडेट के लिए हमारे YouTube चैनल मान पंजाब को सब्सक्राइब करें और बेल आइकन दबाएं।